ਫਾਇਦਾ ਹੋਇਆ ਸੀ ਉਹ ਸਭ ਤੋਂ ਜ਼ਿਆਦਾ ਸਿੱਧੂ ਸਾਹਿਬ ਨੇ ਲਿਆ ਸੀ ਤੇ ਟਵੀਟ ਤੇ ਟਵੀਟ ਟਵੀਟ ਤੇ ਟਵੀਟ ਕਰਦੇ ਕੈਪਟਨ ਸਾਹਿਬ ਨੇ ਆਪ ਕਿਹਾ ਕਿ ਉਹਨਾਂ ਨੂੰ ਜਲੀਲ ਕਰਕੇ ਇਸਤਿਫਾ ਲਿਆ ਗਿਆ ਜੋ ਮੌਜੂਦਾ ਅਪੁਆਇੰਟਮੈਂਟ ਹੋਇਆ ਹੈ ਐਡਵੋਕੇਟ ਜਨਰਲ ਸਾਹਿਬ ਦਾ ਉਹ ਤਾਂ ਸਭ ਤੋਂ ਜ਼ਿਆਦਾ ਪ੍ਰੋਮਿਨੈਂਟ ਐਡਵੋਕੇਟ ਸੀਗੇ ਦੋਸੀਆਂ ਦੇ ਤੇ ਸਾਰੇ ਦੋਸੇ तकरीबन ਉਹਨਾਂ ਨੂੰ ਹੀ ਵਕੀਲ ਰੱਖਦੇ ਸੀ ਯਾ ਦੇ ਐਡਵੋਕੇਟ ਨੂੰ ਜੇਕਰ ਐਡਵੋਕੇਟ ਜਨਰਲ ਲਗਾਇਆ ਜਾਂਦਾ ਹੈ ਤੇ ਨੇਚਰਲ ਜਸਟਿਸ ਦੇ ਜਿਹੜੇ ਰੂਲਸ ਨੇ ਨੇਚਰਲ ਜਸਟਿਸ ਦੇ ਜੋ ਲਾਅ ਨੇ ਉਹਨਾਂ ਦੇ ਖਿਲਾਫ ਹੈ ਤੇ ਸਭ ਤੋਂ ਵੱਡਾ ਧੋਖਾ ਹੈ ਧੋਖਾ ਹੈ ਇਹ ਮਤਲਬ ਪੰਜਾਬੀਆਂ ਦੇ ਨਾਲ ਪੰਜਾਬੀ ਜੋ عوام ਹੈ ਪੰਜਾਬ ਪੁਲਿਸ ਦੇ ਸਾਬਕਾ ਆਈਜੀ ਕੁਮਰ ਵਿਜੇ ਪ੍ਰਤਾਪ ਸਿੰਘ ਦੇ ਅਸਤੀਫਾ ਦਾ ਜੇਕਰ ਕਿਸ ਨੂੰ ਸਭ ਤੋਂ ਵੱਧ ਫਾਇਦਾ ਹੋਇਆ ਸੀਗਾ ਤਾਂ ਉਹ ਸਨ ਨਵਜੋਤ ਸਿੰਘ ਸਿੱਧੂ ਜਿਨ੍ਹਾਂ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਪ੍ਰਧਾਨ ਬਣਾਇਆ ਗਿਆ ਸੀ ਪਰ ਇੱਕ ਇੱਕਦਮ 2 ਮਹੀਨੇ ਬਾਅਦ ਨਜੋਤ ਸਿੰਘ ਸਿੱਧੂ ਵੱਲੋਂ ਅਸਤੀਫਾ ਦਿੱਤਾ ਜਾਂਦਾ ਹੈ ਗੱਲਬਾਤ ਕਰ ਲੈਣੇ ਆਂ ਕੌਣ ਵਿਜੇਪਤਾਪ ਸਿੰਘ ਨਾਲ ਸਰ ਕੀ ਕਹਿਣਾ ਚਾਹੁੰਦੇ ਹੋ ਜੋ ਅਸਤੀਫਾ ਦਿੱਤਾ ਕੌਣ ਵਿਜੇ ਨਜੋਤ ਸਿੰਘ ਸਿੱਧੂ ਨੇ ਉਸ ਨੂੰ ਕਿਸਾ ਦੇਖਦੇ ਹੋ ਦੇਖੋ ਸਭ ਤੋਂ ਪਹਿਲਾਂ ਇਹ ਕਾਂਗਰਸ ਪਾਰਟੀ ਦਾ ਅੰਦਰੂਨੀ ਮਸਲਾ ਹੈ ਇੰਟਰਨਲ ਮੈਟਰ ਹੈ ਇਸ ਕਰਕੇ ਇਸ ਅਸਤੀਫੇ ਤੇ ਅਸੀਂ ਬਹੁਤ ਜ਼ਿਆਦਾ ਟਿੱਕਾ ਟਿਪੜੀ ਨਹੀਂ ਕਰਾਂਗੇ ਲੇਕਿਨ ਤੁਸੀਂ ਦੇਖੋਗੇ ਕਿ 9 April 2021 ਨੂੰ ਜਿਸ ਦਿਨ ਇਨਸਾਫ ਦਾ ਕਤਲ ਕੀਤਾ ਗਿਆ ਸੀ ਇਨਸਾਨੀਅਤ ਦਾ ਕਤਲ ਕੀਤਾ ਗਿਆ ਸੀ ਇਸ ਮੁਲਕ ਦੇ ਸੰਵਿਧਾਨ ਦਾ ਕਤਲ ਕੀਤਾ ਗਿਆ ਸੀ ਤਾਂ ਉਸ ਤੋਂ ਬਾਅਦ ਮੈਂ ਇਸਤੀਫਾ ਦੇ ਦਿੱਤਾ ਸੀ ਜੋ ਸਰਕਾਰ ਸੀਗੀ ਕੈਪਟਨ ਅਮਿੰਦਰ ਸਿੰਘ ਸਾਹਿਬ ਦੀ ਸਰਕਾਰ ਨੇ ਜੋ ਆਰਡਰ ਲਿਆ ਸੀ ਦੋਸੀਆਂ ਨੂੰ ਬਚਾਉਣ ਵਾਸਤੇ ਮੈਂ ਸਿੱਧਾ ਸਿੱਧਾ ਉਹਨਾਂ ਨੂੰ ਪਹਿਲਾਂ ਵੀ ਇੱਕ ਦਿਨ ਮਿਲ ਕੇ ਦੱਸ ਦਿੱਤਾ ਸੀ ਕਿ ਇਸ ਤਰੀਕੇ ਦਾ ਆਰਡਰ ਜੇਕਰ ਹੁੰਦਾ ਹੈ ਤਾਂ ਮੈਂ ਨੌਕਰੀ ਨਹੀਂ ਕਰਨੀ ਹੈ ਮੈਂ ਇਸਤੀਫਾ ਦੇ ਦੂੰਗਾ ਤੇ ਜਦੋਂ ਇਹ ਆਰਡਰ ਆਇਆ ਮੈਂ ਇਸਤੀਫਾ ਦੇ ਦਿੱਤਾ ਮੈਂ ਇਹ ਵੀ ਕਿਹਾ ਸੀ ਕਿ ਇਹ استਿਫਾ ਕੋਈ ਸਧਾਰਨ استਿਫਾ ਨਹੀਂ ਹੈ ਕਿਉਂਕਿ ਇਹ ਦੇ ਵਿੱਚ ਦੇਖੋ ਇਸ ਮੁਲਕ ਦੇ ਸੰਵਿਧਾਨ ਦਾ ਕਤਲ ਹੋਇਆ ਹੈ ਹੋਰ ਦੇਖੋ ਪੰਜਾਬ ਦੇ ਨਾਲ ਧੋਖਾ ਹੋਇਆ ਹੈ ਪੰਜਾਬੀਆਂ ਦੇ ਨਾਲ ਧੋਖਾ ਕੀਤਾ ਗਿਆ ਹੁਣ ਤੁਸੀਂ ਦੇਖੋਗੇ ਕਿ ਜੋ ਇਸ ਵੇਲੇ استਿਫਾ ਆਇਆ ਹੈ ਤੁਸੀਂ ਆਪ ਕਹ ਰਹੇ ਹੋ ਕਿ ਇਸ ਚੀਜ਼ ਦਾ ਫਾਇਦਾ ਇਸ ਚੀਜ਼ ਦਾ ਮੇਰੇ ਇਸ استਿਫੇ ਦਾ ਜੋ ਫਾਇਦਾ ਹੋਇਆ ਸੀ ਉਹ ਸਭ ਤੋਂ ਜ਼ਿਆਦਾ ਸਿੱਧੂ ਸਾਹਿਬ ਨੇ ਲਿਆ ਸੀ ਤੇ ਟਵਿੱਟ ਤੇ ਟਵਿੱਟ ਟਵਿੱਟ ਤੇ ਟਵਿੱਟ ਕਰਕੇ ਸੈਂਟੀਮੈਂਟਲ ਐਕਸਪਲੋਇਟੇਸ਼ਨ ਜਦੋਂ سلسلہ ਚੱਲ ਰਿਹਾ ਸੀ ਉਸ ਤੋਂ ਬਾਅਦ ਇਹਨਾਂ ਨੇ ਮਤਲਬ ਇਹਨਾਂ ਨੂੰ ਕਾਮਯਾਬੀ ਮਿਲੀ ਇਹ ਪ੍ਰਧਾਨ ਬਣ ਗਏ ਕਾਂਗਰਸ ਪਾਰਟੀ ਦੇ ਤੇ ਇਹ ਤਾਂ ਮਤਲਬ 19 ਜੁਲਾਈ ਨੂੰ ਇਹਨਾਂ ਨੇ ਪਦਵਾਰ ਲਿਆ ਸੀ ਆਪਣੀ ਕੁਰਸੀ ਸੰਭਲ ਲਈ ਸੀ ਲੇਕਿਨ ਤੁਸੀਂ ਦੇਖੋਗੇ ਮੈਂ ਇਹ ਵੀ ਕਿਹਾ ਸੀ ਕਿ ਇੱਕ ਇਸਤਿਫਾ ਹੈ ਉਹ ਕਈ ਇਸਤਿਫੇ ਹੋਰ ਆਉਣਗੇ ਉਸ ਦੇ ਵਿੱਚ ਦੇਖੋਗੇ ਕਿ ਤੁਸੀਂ ਕੈਪਟਨ ਸਾਹਿਬ ਨੂੰ ਵੀ ਇਸਤਿਫਾ ਦੇਣਾ ਪਿਆ ਕੈਪਟਨ ਸਾਹਿਬ ਨੇ ਆਪ ਕਿਹਾ ਕਿ ਉਹਨਾਂ ਨੂੰ ਜਲੀਲ ਕਰਕੇ ਇਸਤਿਫਾ ਲਿਆ ਗਿਆ ਲੇਕਿਨ ਦੇਖੋਗੇ ਤੁਸੀਂ ਜੇਕਰ ਦੋਸ਼ੀਆਂ ਨੂੰ ਬਚਾਉਣ ਵਾਸਤੇ ਜੇਕਰ ਕੋਈ ਸਰਕਾਰ ਹਾਈ ਕਮਾਂਡ ਦੇ ਇਸ਼ਾਰੇ ਤੇ ਕੋਈ ਵੀ ਕੰਮ ਕਰਦੀ ਹੈ ਤੇ ਕੁਦਰਤ ਨੇ ਵੀ ਆਪਣਾ ਕੰਮ ਕਰਨਾ ਹੁੰਦਾ ਹੈ ਕੁਦਰਤ ਦੇ ਕਾਨੂੰਨ ਦੀ ਉਲੰਘਣਾ ਜੇਕਰ ਹੁੰਦੀ ਹੈ ਤਾਂ ਕੁਦਰਤ ਆਪਣਾ ਫੈਸਲਾ ਜ਼ਰੂਰ ਦਿੰਦਾ ਹੈ ਤੇ ਉਸ ਫੈਸਲੇ ਦੇ ਤਹਿਤ ਇਹ ਸਾਰਾ ਕੁਝ ਹੋਇਆ ਸੀ ਕਿਉਂਕਿ 13 April 2000 ਇਕੀ ਨੂੰ ਮੈਂ ਵੀ ਆਪਣੇ ਫੇਸਬੁਕ ਪੋਸਟ ਤੇ ਪਾਇਆ ਸੀ ਤੁਸੀਂ ਦੇਖ ਸਕਦੇ ਹੋ ਜੋ ਜੋ ਚੀਜ਼ ਮੈਂ ਲਿਖ ਦਿੱਤਾ ਸੀ ਇਹ ਸਾਰਾ ਕੁਝ ਉਸੇ ਤਰੀਕੇ ਦੇ ਨਾਲ ਹੋ ਰਿਹਾ ਹੈ ਕੈਪਟਨ ਸਾਹਿਬ ਤੋਂ ਪਹਿਲਾਂ ਉਹਨਾਂ ਦੇ ਸਿਆਸੀ ਸਲਾਹਕਾਰ ਜੋ ਚੋਣ ਰਣਨੀਤੀਕਾਰ ਸੀਗੇ ਇਲੈਕਸ਼ਨ ਸਟ੍ਰੈਟੇਜਿਸਟ ਉਹਨਾਂ ਨੇ ਵੀ 5 ਅਗਸਤ ਨੂੰ ਇਸਤਫਾ ਦੇ ਦਿੱਤਾ ਸੀ ਤੇ ਇਹਨਾਂ ਹਾਲਾਤਾਂ ਦੇ ਵਿੱਚ ਤੁਸੀਂ ਦੇਖੋਗੇ ਕਿ ਇਹ ਸਾਰਾ ਸਿਲਸਿਲਾ ਜੋ ਹੈ 9 April 2021 ਤੋਂ ਸ਼ੁਰੂ ਹੋਇਆ ਹੈ ਤੇ ਨਵੇਂ ਚੀਫ ਮਿਨਿਸਟਰ ਸਾਹਿਬ ਨੇ ਜੋ ਖਾਸ ਕਰਕੇ ਦਰਬਾਰ ਸਾਹਿਬ ਆਏ ਸੀਗੇ ਪਿਛਲੇ ਦਿਨੀ ਤਾਂ ਉਹਨਾਂ ਨੇ ਕਿਹਾ ਸੀ ਕਿ ਬਰਗਾੜੀ ਕੇਸ ਦੇ ਵਿੱਚ ਬਹਬਲ ਕਲਾ ਕੇਸ ਦੇ ਵਿੱਚ ਕੋਟ ਕਪੂਰਾ ਕੇਸ ਦੇ ਵਿੱਚ ਅਸੀਂ ਛੇਤੀ ਤੋਂ ਛੇਤੀ ਇਨਸਾਫ ਦਿਲਵਾਵਾਂਗੇ ਸਰ ਸੋਚਦਾ ਇਨਸਾਫ ਮਿਲ ਸਕਦਾ ਕਿਉਂਕਿ ਜੋ ਨਵੇਂ ਏਜ ਹੀ ਆਏ ਨੇ ਉਹ ਤਾਂ ਸੁਮੇਸ਼ ਸ਼ਾਣੀ ਦੇ ਵਕੀਲ ਰਹੇ ਨੇ ਕਿ ਆ ਸਮਝਦੇ ਹੋ ਵੀ ਜੋ આરોપી ਦਾ ਵਕੀਲ ਹੋਵੇਗਾ ਉਹਦੀ ਪੈਰ ਵੀ ਕਰਦਾ ਹੋਏਗਾ ਇਸ ਮਾਮਲੇ ਵਿੱਚ ਇਨਸਾਫ ਦਵਾ ਸਕਦਾ ਦੇਖੋ ਇਹ ਤਾਂ ਦੇਖੋ ਉਹਨਾਂ ਨੂੰ ਸੋਚਣਾ ਚਾਹੀਦਾ ਸੀ ਕਿਉਂਕਿ ਮੈਂ ਪਹਿਲਾਂ ਹੀ ਕਹਿ ਦਿੱਤਾ ਸੀ ਜਦੋਂ ਸੋਸ਼ਲ ਮੀਡੀਆ ਤੇ ਦੋ ਤਿੰਨ ਨਾਂ ਆਉਣ ਲੱਗੇ ਸੀ ਤਾਂ ਮੈਂ ਪਹਿਲਾਂ ਇਹ ਬਿਆਨ ਦੇ ਦਿੱਤਾ ਸੀ ਖਾਸ ਕਰਕੇ ਬੁੱਧਵਾਰ ਨੂੰ ਪ੍ਰੈਸ ਕਾਨਫਰੰਸ ਦੇ ਵਿੱਚ ਵੀ ਮੈਂ ਇਹ ਗੱਲ ਕਹਿ ਦਿੱਤੀ ਸੀ ਕਿ ਦੋਸ਼ੀਆਂ ਦੇ ਵਕੀਲ ਜਾਂ ਤਾਂ ਸਿੱਧੇ ਜਾਂ ਅਸਿੱਧੇ ਕਿਉਂਕਿ ਕੁਝ ਨਾਂ ਇਸ ਤਰ੍ਹਾਂ ਦੇ ਸੀਗੇ ਜੋ ਸਿੱਧੇ ਤੌਰ ਤੇ ਜੁੜੇ ਹੋਏ ਸੀਗੇ ਉਸ ਕੇਸ ਦੇ ਨਾਲ ਕਈ ਨਾ ਇਸ ਤਰ੍ਹਾਂ ਦੇ ਸੀਗੇ ਜੋ ਸਿੱਧੇ ਸਿੱਧੇ ਤੌਰ ਤੇ ਜੁੜੇ ਹੋਏ ਸੀਗੇ ਜੋ ਮੌਜੂਦਾ ਅਪੁਆਇੰਟਮੈਂਟ ਹੋਇਆ ਹੈ ਐਡਵੋਕੇਟ ਜਨਰਲ ਸਾਹਿਬ ਦਾ ਉਹ ਤਾਂ ਸਭ ਤੋਂ ਜ਼ਿਆਦਾ ਪ੍ਰੋਮਿਨੈਂਟ ਐਡਵੋਕੇਟ ਸੀਗੇ ਦੋਸ਼ੀਆਂ ਦੇ ਸਾਰੇ ਦੋਸ਼ੀ तकरीबन ਉਹਨਾਂ ਨੂੰ ਹੀ ਵਕੀਲ ਰੱਖਦੇ ਸੀ ਤੇ ਇਹ ਸੰਭਵ ਨਹੀਂ ਹੈ ਕਿ ਇੱਕ ਵਿਅਕਤੀ ਜੋ ਪਹਿਲਾਂ ਦੋਸ਼ੀਆਂ ਦੀ ਪੈਰਵਾਈ ਕਰ ਚੁੱਕਿਆ ਹੈ ਤੇ ਇਸ ਮੁਲਕ ਦੇ ਕਾਨੂੰਨ ਦੇ ਤਹਿਤ ਉਹ ਫਿਰ ਸਰਕਾਰ ਦੇ ਬਿਹਾਫ ਤੇ ਉਹ ਹਾਈ ਕੋਰਟ ਦੇ ਵਿੱਚ ਅਪੀਅਰ ਨਹੀਂ ਹੋ ਸਕਦਾ ਹੈ ਤੇ ਜੋ ਕੁਝ ਵੀ ਸਰਕਾਰ ਨੇ ਇਹ ਉਪਰਾਲਾ ਕੀਤਾ ਹੈ ਇਹ ਜੋ ਅਪੁਆਇੰਟਮੈਂਟ ਉਹਨਾਂ ਨੇ ਕੀਤੀ ਹੈ ਨਵੇਂ ਚੀਫ ਮਿਨਿਸਟਰ ਸਾਹਿਬ ਨੇ ਇਹ ਨਿੱਜੀ ਤੌਰ ਤੇ ਉਹਨਾਂ ਨੇ ਅਪੁਆਇੰਟਮੈਂਟ ਕੀਤੀ ਹੈ ਕਿਉਂਕਿ આજ ਜੋ ਮੰਤਰੀ ਮੰਡਲ ਦਾ ਜੋ ਉਦੇ ਵਿੱਚ ਵਿਭਾਗਾਂ ਦਾ ਜੋ ਵੰਡ ਹੋਇਆ ਹੈ ਉਹਦੇ ਵੀ ਜਸਟਿਸ ডিপਾਰਟਮੈਂਟ ਵੀ ਉਹਨਾਂ ਨੇ ਆਪਣੇ ਕੋਲ ਰੱਖਿਆ ਹੋਇਆ ਹੈ ਤੇ ਜੋ ਜਸਟਿਸ ਕੀ ਕਰਨਾ ਹੈ ਉਹਨਾਂ ਨੇ ਆਪ ਨਮੂਨਾ ਦੇ ਦਿੱਤਾ ਕਿ ਜੋ ਐਡਵੋਕੇਟ ਜਨਰਲ ਦਾ ਅਪੁਆਇੰਟਮੈਂਟ ਜੋ ਹੋਇਆ ਹੈ ਉਸ ਅਧਾਰ ਤੇ ਤੁਸੀਂ ਦੇਖ ਸਕਦੇ ਹੋ ਕਿ ਉਹਨਾਂ ਨੇ ਇੱਕ ਨਮੂਨਾ ਦਿੱਤਾ ਹੈ ਤੇ ਆਉਣ ਵਾਲੇ ਸਮਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਜੋ ਸਕ੍ਰਿਪਟ ਲਿਖੀ ਗਈ ਸੀਗੀ ਉਹ ਕਿੱਥੇ ਤੱਕ ਜਾਊਗੀ ਕਿਸ ਤਰੀਕੇ ਦੇ ਨਾਲ ਜਾਊਗੀ ਇਨਸਾਫ ਦਾ ਕਤਲ ਬਾਰ-ਬਾਰ ਕਤਲ ਹੋਊਗਾ ਤੁਸੀਂ ਦੇਖ ਲੈਣਾ ਤੁਸੀਂ ਵੀ ਖਦਸ਼ਾ ਜਿਤਾਇਆ ਸੀਗਾ ਬਈ ਕੋਈ ਅਹੋ ਜਿਹਾ ਵਕੀਲ ਏਜੀ ਬਣ ਸਕਦਾ ਹੈ ਜਿਹੜਾ ਕਿ ਦੋਸ਼ਿਆਂ ਦਾ खेसा पैर भी कर रहे हैं कित तीन नए थे तिना नाव यहा अमरप्रीत दियोल का क्या समझते हो भी ए, इंसाफ दवा पा एज ए एज ही सरकार मैं पहला ही कहा कि देखो जो व्यक्ति जो एडवोकेट क्योंकि एडवोकेट की काबिलियत मैं कोई टीका टिप्पणी नहीं करा क्योंकि मैं आप भी एक एडवोकेट हाँ क्वालिफाइड एडवोकेट हाँ प्रोफेसनल एडवोकेट हाँ तो मैं कोई टीका टिप्पणी किसी भी एडवोकेट की काबलीयत मैं नहीं कराँगा लेकिन ਇਹ ਕੁਦਰਤ ਦਾ ਇੱਕ ਕਾਨੂੰਨ ਹੈ ਨੇਚਰਲ ਜਸਟਿਸ ਹੈ ਜੋ ਲਾਅ ਆਫ ਨੇਚਰਲ ਜਸਟਿਸ ਹੁੰਦਾ ਹੈ ਨਾ ਉਸ ਦੇ ਵਿੱਚ ਇਹ ਹੁੰਦਾ ਹੈ ਕਿ ਜੋ ਅਹਮ ਕੇਸ ਹੈ ਨਾ ਬਹੁਤ ਵੱਡਾ ਕੇਸ ਹੈ ਇਹ ਸਰਕਾਰ ਆਈ ਹੀ ਸੀਗੀ ਮਤਲਬ ਉਹਦੇ ਵਿੱਚ ਇਹ ਸਭ ਤੋਂ ਵੱਡਾ ਮੁੱਦਾ ਸੀ ਬੇਅਦਬੀ ਦਾ ਮੁੱਦਾ ਸੀ ਪੁਲਿਸ ਫਾਇਰਿੰਗ ਦਾ ਮੁੱਦਾ ਸੀ ਜੋ ਕੋਰਟ ਕਾ ਪੂਰਾ ਬਹਬਲ ਕਲਾ ਦੇ ਵਿੱਚ ਹੋਇਆ ਸੀ ਤੇ ਜੋ ਦੋਸ਼ੀਆਂ ਦੇ ਐਡਵੋਕੇਟ ਦੇ ਰੂਪ ਦੇ ਜੋ ਸਭ ਤੋਂ ਜ਼ਿਆਦਾ ਅੱਜ ਵੀ ਵਹੀ ਵਕੀਲ ਨੇ आज दी तारीख तक वही वकील ਨੇ ਉਹਨਾਂ ਦੋਸ਼ੀਆਂ ਦੇ ਤੇ ਸਭ ਤੋਂ ਜ਼ਿਆਦਾ ਅਪੀਅਰੈਂਸ ਜੇਕਰ ਹੈ ਤੇ ਇਹਨਾਂ ਦਾ ਹੀ ਹੈ ਤੇ ਸਾਰੇ ਦੋਸ਼ੀਆਂ ਦੇ ਵੱਲੋਂ ਹੈ ਤੇ ਉਹ ਦੋਸ਼ੀਆਂ ਦੇ ਐਡਵੋਕੇਟ ਨੂੰ ਜੇਕਰ ਐਡਵੋਕੇਟ ਜਨਰਲ ਲਗਾਇਆ ਜਾਂਦਾ ਹੈ ਤੇ ਨੈਚੁਰਲ ਜਸਟਿਸ ਦੇ ਜਿਹੜੇ ਰੂਲਸ ਨੇ ਨੈਚੁਰਲ ਜਸਟਿਸ ਦੇ ਜੋ ਲਾਅ ਨੇ ਉਹਨਾਂ ਦੇ ਖਿਲਾਫ ਹੈ ਤੇ ਸਭ ਤੋਂ ਵੱਡਾ ਧੋਖਾ ਹੈ ਧੋਖਾ ਹੈ ਇਹ ਮਤਲਬ ਪੰਜਾਬੀਆਂ ਦੇ ਨਾਲ ਪੰਜਾਬੀ ਦੋ عوام ਹੈ ਤੇ ਪੰਜਾਬੀਅਤ ਦੇ ਨਾਲ ਸਭ ਤੋਂ ਵੱਡਾ ਇਸ ਕਰਕੇ ਜੋ ਇਨਸਾਫ ਦੀ ਗੱਲ ਮਾਨਜੋਗ ਨਵੇਂ ਚੀਫ ਮਿਨਿਸਟਰ ਸਾਹਿਬ ਨੇ ਕਹੀ ਸੀ ਉਹ ਇੱਕ ਸਿਰਫ ਤੇ ਸਿਰਫ ਸਿਆਸੀ ਸਟੰਟ ਹੈ ਜੋ ਸਿੰਘ ਸਿੱਧੂ ਦਾ ਅਸਤੀਫਾ ਜਿਹੜਾ ਦਿੱਤਾ ਉਹ ਵੀ ਪੰਜਾਬੀਆਂ ਨੇ ਧੋਖਾ ਸਮਝਿਆ ਦੇਖੋ ਉਹ ਉਹਨਾਂ ਦਾ ਇੰਟਰਨਲ ਮੈਟਰ ਹੈ ਉਹਨਾਂ ਦੀ ਪਾਰਟੀ ਦਾ ਹੋ ਸਕਦਾ ਹੈ ਕਿ ਜੋ ਉਹਨਾਂ ਦੇ ਹਾਈ ਕਮਾਂਡ ਨੇ ਕੋਈ ਸਕ੍ਰਿਪਟ ਬਣਾਈ ਹੋਵੇ ਜੋ ਬਣਾਈ ਹੈ ਉਸ ਦਾ ਇੱਕ ਇੱਕ ਹਿੱਸਾ ਹੋ ਸਕਦਾ ਹੈ ਕਿਉਂਕਿ ਉਹਨਾਂ ਨੂੰ ਫਿਰ ਮਨਾਲਿਆ ਜਾਊਗਾ ਕਿਉਂਕਿ ਰੁਸਣ ਦਾ ਤੇ ਮਨਾਉਣ ਦਾ ਇਹ سلسلہ ਚੱਲਦਾ ਰਹੂਗਾ ਕੁਝ ਸਮੇਂ ਦੇ ਵਿੱਚ ਇਹਨਾਂ ਨੂੰ ਮਨਾਲਿਆ ਜਾਊਗਾ ਤੇ ਉਹ ਪਾਰਟੀ ਦੇ ਵਿੱਚ ਉਹਨਾਂ ਨੇ ਆਪ ਕਿਹਾ ਹੈ ਕਿ ਪਾਰਟੀ ਦੇ ਵਿੱਚ ਰਹਿਣਗੇ ਲੇਕਿਨ ਪ੍ਰਧਾਨ ਵੀ ਹੋਕਰਣਗੇ ਕਿਉਂਕਿ ਹਾਈ ਕਮਾਂਡ ਨੇ ਕਿਹਾ ਹੋਊਗਾ ਕਿ ਤੁਸੀਂ ਇਸਤਿਫਾ ਦੇ ਦਿਓ ਤੇ ਬਾਅਦ ਦੇ ਵਿੱਚ ਅਸੀਂ ਤੁਹਾਨੂੰ ਮਨਾ ਲਵਾਂਗੇ ਕੁਝ ਨਾ ਕੁਝ ਇਸ ਤਰ੍ਹਾਂ ਦੀ ਗੱਲ ਹੋਊਗੀ ਅੱਜ ਅਰਵਿੰਦ ਕੇਜਰੀਵਾਲ ਪੰਜਾਬ ਆ ਰਹੇ ਨੇ ਕਿ ਐਸ ਸਮੇਂ ਦੇ ਕੋਈ ਵੱਡੇ ਐਲਾਨ ਕਰ ਸਕਦੇ ਨੇ ਦੇਖੋ ਉਹਨਾਂ ਨੇ ਪ੍ਰੈਸ ਕਾਨਫਰੰਸ ਕਰਨੀ ਹੈ ਪ੍ਰੈਸ ਕਾਨਫਰੰਸ ਦੇ ਦੌਰਾਨ ਹੀ केजरीवाल ਸਾਹਿਬ ਜੋ ਕੁਝ ਵੀ ਐਲਾਨ ਕਰਨਾ ਹੈ ਉਹ 10 ਦਿਨਾਂ ਦੇ ਇਹ ਸਨ ਸਾਬਕਾ ਆਈਜੀ ਅਤੇ ਆਮ ਆਦਮੀ ਪਾਰਟੀ ਦੇ ਸਟਾਰ ਪ੍ਰਚਾਰਕ ਕੁਮਾਰ ਵਿਜੇ ਪ੍ਰਤਾਪ ਸਿੰਘ ਜਿਨ੍ਹਾਂ ਵੱਲੋਂ ਅੱਜ ਇੱਕ ਵਿਸ਼ੇਸ਼ ਗੱਲਬਾਤ ਕੀਤੀ ਗਈ ਹੈ ਸਾਡੇ ਚੈਨਲ ਨਾਲ ਔਰ ਉਹਨਾਂ ਵੱਲੋਂ ਆਖਿਆ ਗਿਆ ਵੀ ਪੰਜਾਬ ਸਰਕਾਰੇ ਕੋਲ ਪਾਸੇ ਕਹਿ ਰਹੀ ਹੈ ਵੀ ਬੇਅਦਬੀ ਦੇ આરોપીਆਂ ਨੂੰ ਸਜ਼ਾਦਾਰੀ ਜਾਵੇ ਕਿ ਦੂਜੇ ਪਾਸੇ ਏ ਜੀ ਜਿਹੜਾ ਉਸ ਦੀ ਤਨਾਤੀ ਕੀਤੀ ਗਈ ਹੈ ਅਮਰਪ੍ਰੀਤ ਸਿੰਘ ਦਿਓਲ ਜਿਹੜਾ ਕਿ ਨਾਮ ਹੈ ਉਹ ਸਿੱਧਾ ਸਿੱਧਾ ਸੁਮੇਸ਼ ਸਿਆਣੀ ਨਾਲ ਜੁੜਿਆ ਹੋਇਆ ਕਿਉਂਕਿ ਜਿੰਨੇ ਵੀ ਸੁਮੇਸ਼ ਸਿਆਣੀ ਦੇ ਕੇਸ ਨੇ ਉਹਨਾਂ ਦੀ ਪੈਰ ਵੀ ਜਿਹੜੀ ਹੈ ਅਮਰਪ੍ਰੀਤ ਸਿੰਘ ਦਿਓਲ ਵੱਲੋਂ ਕੀਤੀ ਜਾ ਰਹੀ ਹੈ ਤਾਂ ਇਹਨਾਂ ਹਾਲਾਤਾਂ ਵਿੱਚ ਕਿਵੇਂ ਮੰਨਿਆ ਜਾ ਸਕਦਾ ਵੀ ਪੰਜਾਬ ਸਰਕਾਰ ਜਿਹੜੀ ਬੇਅਦਬੀ ਦੇ ਦੋਸ਼ਿਆਂ ਨੂੰ ਸਜ਼ਾ ਦਿਵਾਵੇਗੀ ਕਮਪਰਸਨ ਮੁਕੇਸ਼ ਬਾਵਾਣਾ ਸਿਕੰਦਰ ਪਾਸ ਰੀਚਾ ਦੈਨਿਕ ਸੂਰਿਆ ਟੀਵੀ ਅੰਮ੍ਰਿਤਸਰ ਅਲੀਸ਼ਾ ਬੇਗਮ ਇੱਕ ਔਰਤ ਦਾ ਦੁੱਖ ਇੱਕ ਔਰਤ ਹੀ ਸਮਝ ਸਕਦੀ ਹੈ ਰੋਹਾਨੀ ਅਤੇ ਕਾਲੀ ਸ਼ਕਤੀਆਂ ਦੀ ਮਾਲਕਣ ਦੁਨੀਆ ਦਾ ਸਭ ਤੋਂ ਚਮਤਕਾਰੀ ਇਲਮ ਮੇਰੇ ਕੋਲ ਹੈ ਮੇਰੇ ਕੀਤੇ ਨੂੰ ਕੋਈ ਕੱਟ ਨਹੀਂ ਸਕਦਾ ਕਾਲਾ ਇਲਮ ਕਰਨਾ ਅਤੇ ਤੋੜਨਾ ਹਰ ਇੱਕ ਦੇ ਵੱਸ ਦੀ ਗੱਲ ਨਹੀਂ ਪਰੇਸ਼ਾਨੀ ਜਿਵੇਂ ਲਵ ਮੈਰਿਜ ਪਤੀ ਪਤਨੀ ਚ ਝਗੜਾ ਸੌਤਨ ਦੁਸ਼ਮਣ ਤੋਂ ਛੁਟਕਾਰਾ ਤਲਾਕ ਕੇਸ ਬੁਰੇ ਸੁਪਨੇ ਵਿਦੇਸ਼ ਯਾਤਰਾ ਬੁਰੀ ਸੰਗਤ ਜਾਂ ਨਸ਼ਾ ਛੁਡਾਉਣਾ ਬਿਮਾਰੀ ਚ ਦਵਾ ਨਾ ਲੱਗਣਾ ਵਸ਼ੀਕਰਨ ਇੱਕ ਸੱਚਾਈ ਹੈ ਵਸ਼ੀਕਰਨ ਕਰਵਾਓ ਮਨ ਚਾਹਾ ਪਿਆਰ ਪਾਓ ਕੀ ਤੁਹਾਡੀ ਕਿਸਮਤ ਚ ਲੋਟਰੀ ਦਾ ਯੋਗ ਹੈ ਜਾਂ ਨਹੀਂ ਸੱਚਾਈ ਜਾਨੋ ਲੋਟਰੀ ਨੰਬਰ ਪਾਓ ਭਾਵੇਂ 649 ਜਾ ਹੋਵੇ ਜਾਂ ਲੋਟੋ ਮੈਕਸ 11 ਕੈਂਟੇਜ ਕਰਵਾਓ ਹਰ ਪਰੇਸ਼ਾਨੀ ਦਾ ਹੱਲ ਘਰ ਬੈਠੇ ਅਸ਼ਟਾਮ ਪੇਪਰ ਤੇ ਲਿਖ ਕੇ ਲਵੋ ਕੰਮ ਦੀ ਗਾਰੰਟੀ ਜਾ ਕਹੇ ਤਾਂ ਬਾਹਰ ਤੁਰੰਤ ਸੰਪਰਕ ਕਰੋ ਤੁਹਾਡੀ ਹਰ ਗੱਲ ਗੁਪਤ ਰੱਖੀ ਜਾਵੇਗੀ ਅਲੀਸ਼ਾ ਬੇਗਮ

ਹੁਣੇ ਕਾਲ ਕਰੋ ਬਾਬਾ सलीम ਖਾਨ 9819937460